ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਖੇਲ ਗਰਾਊਂਡ 'ਚ ਤੀਸਰਾ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਤ੍ਰਿਪਤਿੰਦਰ ਸਿੰਘ ਦੇ ਵੱਲੋਂ 18,000 ਨਿਯੁਕਤੀ ਪੱਤਰਾਂ 'ਚੋਂ 600 ਦੇ ਕਰੀਬ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਘਰ ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਕੀਤੇ ਗਏ ਨੇ। ਸਰਕਾਰੀ ਤੇ ਗੈਰ ਸਰਕਾਰੀ ਮਹਿਕਮਿਆਂ 'ਚ ਨਿਯੁਕਤੀ ਪੱਤਰ ਵੰਡੇ ਗਏ। ਅੱਜ ਦਾ ਇਹ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਜੋ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਨੇ, ਸਾਰੇ ਨਿਭਾ ਰਹੇ, ਉਹਨਾਂ 'ਚੋਂ ਇੱਕ ਸੀ ਇਹ ਘਰ ਘਰ ਨੌਕਰੀ ਦਾ। ਔਰ ਅੱਜ ਮੈਂ ਸਮਝਦਾ ਕਿ ਅੱਜ ਦੇ ਜੋ ਰੁਜ਼ਗਾਰ ਮੇਲਾ ਲੱਗਿਆ ਇਹਦੇ 'ਤੇ ਆ ਕੇ 4.5 ਲੱਖ ਦੇ ਕਰੀਬ ਅਸੀਂ 1.5 ਸਾਲ 'ਚ, 2.5 ਸਾਲ 'ਚ ਨੌਕਰੀਆਂ ਵੰਡੀਆਂ ਨੇ, ਔਰ ਜਿਹ 'ਚ ਸਰਕਾਰੀ ਅਤੇ ਗੈਰ ਸਰਕਾਰੀ। ਔਰ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਸਰਕਾਰੀ ਨਹੀਂ ਜੀ, ਇਹ ਨਹੀਂ ਆ, ਉਹਨਾਂ ਨੇ ਵੀ ਐਸੇ ਨੌਕਰੀਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਦੇ ਨਹੀਂ ਸਕੇ। ਸੋ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਜੋ ਗੱਲ ਕਹੀ ਉਹ 'ਤੇ ਵਚਨਬੱਧ ਹੈ। ਅੱਜ 4.5 ਲੱਖ ਦੇ ਕਰੀਬ ਅਸੀਂ ਨੌਕਰੀਆਂ ਵੰਡ ਚੁੱਕੇ ਹਾਂ ਔਰ ਇੱਦਾਂ ਇਹ ਲਗਾਤਾਰ ਚੱਲਦਾ ਰਹੇਗਾ। ਘਰ ਘਰ ਰੁਜ਼ਗਾਰ ਦਾ ਜੋ ਵਾਅਦਾ ਸੀ ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ, ਉਹਨਾਂ ਨੂੰ ਪੂਰਾ ਕਰਨ ਜਾ ਰਹੇ ਹਾਂ। ਸਰ ਸਿੱਧੂ ਸਾਹਿਬ ਫਿਰ ਇੱਕ ਵਾਰੀ ਬਦਲਦਾ ਜਾ ਰਿਹਾ ਵੀ ਕੀ ਹੋ ਗਿਆ, ਤੇਰੇ ਨਾਲ ਫੋਟੋਆਂ ਖਿਚਾ ਰਹੇ? ਹਾਂਜੀ, ਜਿਹੜੇ ਖਾਲਿਸਤਾਨੀ ਨੇ ਉਹਨਾਂ ਨੇ ਸਿੱਧੂ ਸਾਹਿਬ ਨਾਲ ਫੋਟੋ ਜਿਹੜੀ ਉਹ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਹੈ, ਖਿਚਾਈ ਆ, ਕੋਈ ਜੱਫੀ ਤਾਂ ਨਹੀਂ ਪਾਈ? ਔਰ ਮੈਂ ਦੇਖੋ ਗੱਲ ਇਹ ਹੈ, ਚਾਹੇ ਸਿੱਧੂ ਹੋਵੇ, ਚਾਹੇ ਹਰਸਿਮਰਤ ਕੌਰ ਹੋਵੇ, ਜਾਂ ਕੋਈ ਹੋਰ ਹੋਵੇ, ਜਿਹੜਾ ਦੇਸ਼ ਨੂੰ ਪਿਆਰ ਕਰਦਾ, ਜਿਹੜਾ ਦੇਸ਼ ਲਈ ਵਚਨਬੱਧ ਹੈ, ਉਹ ਦੇਸ਼ ਦੀ ਸੋਚੇਗਾ, ਸੋਚਣਾ ਚਾਹੀਦਾ। ਔਰ ਜੇ ਕੋਈ ਦੇਸ਼ ਧਰੋਹੀ ਬੰਦਾ ਹੈ, ਦੇਸ਼ ਦੇ ਖਿਲਾਫ ਸੋਚਦਾ ਹੈ, ਉਹਦੇ ਕੋਲ ਫੋਟੋ ਤਾਂ ਕੀ, ਉਹਦੀ ਛਾਂ ਦੇ ਨੇੜੇ ਵੀ ਨਹੀਂ ਖੜਨਾ ਚਾਹੀਦਾ। ਸੁਜੈਸ਼ਨ ਦਿੱਤੀ ਸੀ ਅਤੇ ਹਾਲਾਤ ਉਹ ਦੇਖਦੇ ਹੋਏ ਸਾਡਾ, ਜਿਵੇਂ ਕੈਪਟਨ ਸਾਹਿਬ ਨੇ ਆਖਿਆ ਮੈਂ ਚੀਫ ਮਿਨਿਸਟਰ ਹਾਂ, ਤੂੰ ਮਿਨਿਸਟਰ ਆ, ਸਾਡਾ ਇੱਕ ਰਾਜ ਧਰਮ ਹੋਰ ਵੀ ਆ, ਅਤੇ ਉਹਨੂੰ ਹਾਲਾਤ ਨੂੰ ਦੇਖਦੇ ਹੋਏ ਉਹਨਾਂ ਨੂੰ ਸੁਜੈਸ਼ਨ ਦਿੱਤੀ ਸੀ। ਸਰ ਗਰਮ ਕੇਲੇ ਨਾਲ ਵੀ ਫੋਟੋਆਂ ਜਾਰੀ ਹੋ ਰਹੀਆਂ ਨੇ, ਮੈਂ ਕਹਿੰਦਾ ਮੇਰੇ ਅਤੇ ਮੈਂ ਬਹੁਤ ਖੁਸ਼ ਹੈਗਾ, ਮਤਲਬ ਵੀ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ। ਸੋ ਇੰਨੀ ਕਹਿਣਾ ਚਾਹਾਂਗਾ। क्या कहना चाहेंगे, अभी आपको रोजगार मिल चुका है, जैसे भी मुख्यमंत्री ने कहा था अभी रोजगार मिलेगा नौजवानों को, आज आपको मिल चुका है, आप क्या कहना चाहेंगे? ਮਿਲ ਚੁੱਕਾ ਹੈ ਹਾਂਜੀ, ਜਿਹੜੇ ਸਰਕਾਰ ਨੇ ਜਿਹੜੇ ਵੀ ਵਾਅਦੇ ਕੀਤੇ ਸੀ ਕਿ ਉਹ ਰੋਜ਼ਗਾਰ ਪ੍ਰੋਵਾਈਡ ਕਰਨਗੇ ਜਿਹੜੇ ਅਨਇੰਪਲੋਇਡ ਹੈਗੇ ਆ, ਅਤੇ ਜਿਹੜੇ ਪਰਸੂਇੰਗ ਹੈਗੇ ਆ, ਲਾਈਕ 80 MP ਹੈਗੇ, ਸਾਨੂੰ ਰੋਜ਼ਗਾਰ ਮਿਲੀ ਹੈ, ਅਸੀਂ ਥਾਂ ਥਾਂ 'ਤੇ ਆਪਣਾ ਇੰਟਰਵਿਊ ਦਿੰਦੇ ਹਾਂ, ਅਤੇ ਸਾਨੂੰ ਸਾਹਮਣੇ ਤੋਂ ਅਸੀਂ ਜਾਣਾ ਪੈਂਦਾ, ਸਾਹਮਣੇ ਤੋਂ ਸਾਨੂੰ ਓਪਰਚੁਨਿਟੀ ਮਿਲੀ ਹੈ, ਅਤੇ ਬਹੁਤ ਵਧੀਆ ਗੱਲ ਹੈ, ਅਤੇ ਅੱਜ ਸਾਡਾ ਇੰਪਲੋਇਮੈਂਟ ਲੈਟਰ ਮਿਲਿਆ ਸਾਨੂੰ। ਕਿਆ ਲੱਗਦਾ ਕਿਸੇ ਤਰ੍ਹਾਂ ਦੀ ਪਾਰਸ਼ਲਿਟੀ ਤਾਂ ਨਹੀਂ ਹੋਈ ਇਸਮੇ? ਪਾਰਸ਼ਲਿਟੀ ਤਾਂ ਜਮਾਂ ਵੀ ਨਹੀਂ ਹੈਗੀ, ਕਿਉਂਕਿ ਅਸੀਂ ਜਾਂਦੇ ਹਾਂ, ਸਾਨੂੰ ਪਤਾ ਹੁੰਦਾ ਅਸੀਂ ਕਿਹੋ ਜਿਹਾ ਇੰਟਰਵਿਊ ਦਿੱਤਾ, ਸਾਹਮਣੇ ਤੋਂ ਸਾਨੂੰ ਕਿਹੋ ਜਿਹਾ ਰਿਸਪੋਂਸ ਮਿਲਦਾ। ਕਿਆ ਕਹਿਣਾ ਚਾਹੀਦਾ? ਬਹੁਤ ਵਧੀਆ ਪਲੈਟਫਾਰਮ ਦੀ ਗਈ ਸਾਰੇ ਸਟੂਡੈਂਟ ਨੂੰ, ਇੱਕ ਮਾਸ ਲੈਵਲ 'ਤੇ ਰਿਕਰੂਟਮੈਂਟ ਵੀ ਹੋਵੇਗਾ, ਤਾਂ ਬਹੁਤ ਅੱਛੀ ਇਨੀਸ਼ੀਏਟਿਵ ਹੈ।
क्या लगता है, जैसे राजनीतिक लोग कहते थे भी यार नौजवानों को जो नौकरी है ये बहाना बना के जो लोगों को बेवकूफ बनाया जा रहा है, आज क्या लगता है अगर आपको जॉब मिला है तो किसी तरह की पास नहीं या कुछ? बेसिकली सरकार की जो मोटिव है स्किल को डेवलप किया जाए और एक अच्छी प्लेटफॉर्म दी गई है तो इसमें कोई पॉलिटिक्स ना हो। ਆਪਣੇ ਲੋਕਾਂ ਦਾ ਦਿਖਾਓ, ਥੋੜਾ ਉੱਪਰ ਕਰੋ ਜੀ, ਨੀਚੇ ਕਰ ਲਓ ਲੋਕ ਥੋੜੇ, ਚਲੋ ਕਰੋ ਸ਼ੁਰੂ ਯਾਰ। ਫੰਕਸ਼ਨ ਬਹੁਤ ਇੱਕ ਸਾਡਾ ਜਿਹੜੇ ਘਰ ਘਰ ਨੌਕਰੀ ਦਾ ਸਾਡਾ ਜਿਹੜਾ ਸਲੋਗਨ ਹੈ ਮੈਨੀਫੈਸਟੋ ਦਾ, ਉਹਦੇ 'ਚ ਇੱਕ ਤੀਸਰਾ ਅਸੀਂ ਜੋਬ ਮੇਲਾ ਚੰਨੀ ਸਾਹਿਬ ਦੇ ਉਹਨਾਂ ਦੀ ਮਿਹਨਤ ਨਾਲ ਲੱਗਿਆ ਔਰ ਪੂਰੇ ਅਸੀਂ ਤੁਸੀਂ ਵੀ ਦੇਖ ਰਹੇ ਹੋਵੋਗੇ ਕਿੰਨਾ ਲੋਕ ਨੌਜਵਾਨਾਂ 'ਚ ਬੱਚੇ ਬੱਚੀਆਂ ਦੇ ਵਿੱਚ ਕਿੰਨੀ ਸੈਟਿਸਫੈਕਸ਼ਨ ਦੀ ਫੀਲਿੰਗ ਆ ਉਹਨਾਂ ਦੇ ਚਿਹਰਿਆਂ 'ਤੇ ਕਿ ਉਹਨਾਂ ਨੂੰ ਜੋਬ ਮਿਲੀ ਹੈ। ਪੰਜਾਬ ਸਰਕਾਰ ਹੁਣ ਤੱਕ 440,000 ਜੋਬਸ ਦੇ ਚੁੱਕੀ ਹੈ ਇੱਕ ਸਾਲ ਦੇ ਵਿੱਚ ਔਰ ਹੁਣ ਨਵੀਆਂ ਹੋਰ ਜੋਬ ਓਪਰਚੁਨਿਟੀਜ਼ ਵੀ ਕ੍ਰੀਏਟ ਹੋ ਰਹੀਆਂ ਨੇ। ਸੀਐਮ ਸਾਹਿਬ ਦੀ ਤਬੀਅਤ ਕਿਸ ਤਰ੍ਹਾਂ? ਤਬੀਅਤ ਬਿਲਕੁਲ ਠੀਕ ਹੈ, ਮੇਰੇ ਖਿਆਲ ਹੁਣ ਤੱਕ ਤਾਂ ਘਰ ਚਲੇ ਗਏ ਹੋਣੇ ਆ, 10 ਵਜੇ ਦੇ ਕਰੀਬ ਉਹਨਾਂ ਨੇ ਘਰ ਚਲੇ ਜਾਣਾ ਸੀਗਾ। ਸਾਰੇ ਟੈਸਟ ਠੀਕ ਨੇ, ਜਿੰਨੇ ਟੈਸਟ ਕਰਾਏ ਸੀ ਟੈਸਟ ਕਰਨ ਲਈ ਉਹਨਾਂ ਨੂੰ ਰੱਖਿਆ ਸੀਗਾ, ਕੋਈ ਤਬੀਅਤ ਐਸੀ ਮੰਤਰੀ ਮੰਡਲ ਨੇ ਪੂਰਾ ਸਮਰਥ ਨੇ ਸਭ ਦਾ, ਮੰਤਰੀ ਮੰਡਲ ਦਾ ਸਮਰਥਨ ਹੈ ਇਸ ਗੱਲ 'ਤੇ। ਜੋ ਸਾਡੇ ਮਤਲਬ ਕੈਪਟਨ ਵੀ ਨੇ ਔਰ ਟੀਮ ਦੇ ਕੈਪਟਨ ਵੀ ਨੇ, ਉਹਨਾਂ ਨੇ ਇੱਕ ਦੇਸ਼ ਦੇ ਹਿੱਤ ਵਿੱਚ ਔਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਇੱਕ ਫੈਸਲਾ ਲਿਆ। ਸੀਐਮ ਸਾਹਿਬ ਨੇ ਮਨਾ ਕੀਤਾ ਸੀ ਸਿੱਧੂ ਸਾਹਿਬ ਨੂੰ, ਸਲਾਹ ਦਿੱਤੀ ਸੀ ਵੀ ਨਾ ਜਾਓ, ਅਤੇ ਸਿੱਧੂ ਸਾਹਿਬ ਨੇ ਫੋਨ ਵੀ ਨਹੀਂ ਕੀਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਸਿੱਧੂ ਸਾਹਿਬ ਨੂੰ ਪੁੱਛਣਾ ਪੁੱਛਿਆ। ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਸਿੱਧੂ ਸਾਹਿਬ ਦੀਆਂ ਸਾਹਮਣੇ ਆਈਆਂ ਨੇ, ਕੋਈ ਐਸੀ ਗੱਲ ਹਾਲੇ ਮੈਨੂੰ ਕੁਛ ਨੀ ਜੀ ਪਤਾ, ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਇਸ ਕਰਕੇ। ਠੀਕ ਹੈ, ਥੈਂਕ ਯੂ।